आए दिनों दे विच बेअदबी अते नशे दे मुद्दे नूं लै के कोई ना कोई वारदात आ जिहड़ी सामने आउंदी है। दस दिए कि अज सुखराज सिंह खालसा दे वल्लों एक वड्डा इकट्ठ किया गया है ते दूजे पासे उन्हां ने पंजाब सरकार ते निशाने भी साधे ने ते उन्हां दे वल्लों कहा जा रहा है कि इन्हां गल्लां नूं लै के ना ही अज तक पंजाब सरकार ने कोई गल कीती है ते ना ही इस मुद्दे नूं कदे चक्किया है। तो दूजे पासे उन्हां दा कहना है कि भाई अमृतपाल दे वल्लों अमृत संचार दे लई गल कीती गई सी ते नशे तो दूर रहण दे लई कहा गया सी, परंतु जो भी अमृत संचार की गल करता है कि पंजाब सरकार उस ते NSA लगा दिंदी है। तो सुखराज सिंह दे वल्लों ये जिहड़ी शब्दावली वरती गई है तो बयान दिता गया है। तो दूजे पासे उन्हां दा कहना है कि जिहड़ी पंजाब सरकार है उसने सिर्फ बदलाव दीआं गल्लां 24 घंटिआं दे विच कीतीआं सी, परंतु अज तक उन्हां दी गल्लां ही रहीआं ने। तो जिसनूं लै के दस दईए कि सुखराज सिंह दे ਵੱਲੋਂ ਪੰਜਾਬ ਸਰਕਾਰ ਤੇ ਕੁਝ ਸਵਾਲ ਚੁੱਕੇ ਗਏ ਨੇ। ਆਹ ਸੁਣਦੇ ਅੱਗੇ ਸੁਖਰਾਜ ਸਿੰਘ ਦਾ ਕੀ ਕਹਿਣਾ ਹੈ। ਉਹ ਜੀ ਧਰਨਾ ਤਾਂ ਸਾਡਾ ਪਿਛਲੇ 2015 ਤੋਂ ਲੈ ਕੇ ਅੱਜ ਤੱਕ ਹੀ ਚੱਲ ਰਿਹਾ। ਹਰ ਇੱਕ ਸਿੱਖ ਇਸ ਦੁਖਾਂ ਦੇ ਵਿੱਚੋਂ ਨਿਕਲ ਰਿਹਾ। ਆਏ ਦਿਨ ਬੇਅਦਬੀ ਦਾ ਨਾਂ ਜਿਹੜਾ ਸੁਣਨ ਨੂੰ ਮਿਲਦਾ ਸਿੱਖ ਵਾਸਤੇ ਮਰਨ ਵਾਲੀ ਗੱਲ ਹੈ। ਸੋ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹਦਾ ਪ੍ਰੋਟੈਸਟ ਕਰਦੇ ਆ ਰਹੇ, ਪਰ ਸਰਕਾਰਾਂ ਵਿੱਚੋਂ 3 ਸਰਕਾਰਾਂ ਬਦਲ ਗਈਆਂ, 4 ਮੁੱਖ ਮੰਤਰੀ ਬਦਲ ਗਏ, ਅੱਜ ਤੱਕ ਕਿਸੇ ਨੇ ਕੋਈ ਇਨਸਾਫ ਵਾਲੀ ਗੱਲ ਨਹੀਂ ਕੀਤੀ ਆ। ਸੋ ਜਿਹੜੇ ਹੋਣ ਵਾਲੇ ਆਏ ਸੀ ਇਹਨਾਂ ਨੇ ਬੜੇ ਧੜਧੱਲੇਦਾਰ ਐਂਟਰੀ ਕੀਤੀ ਆ ਅਤੇ 24 ਘੰਟਿਆਂ 'ਚ ਇਸ ਮਸਲੇ ਦੇ ਹੱਲ ਦੀ ਗੱਲ ਕੀਤੀ ਆ। ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਕਿ 2 ਸਾਲ ਹੋ ਚੱਲੇ ਆ ਇਸੇ ਸਰਕਾਰ ਨੂੰ ਚੱਲਦਿਆਂ, ਤਾਂ 2 ਸਾਲ ਤੋਂ ਪਹਿਲਾਂ 2021 ਤੋਂ ਲੈ ਕੇ ਅੱਜ ਤੱਕ ਲੋਕ ਸੜਕਾਂ 'ਤੇ ਬੈਠੇ ਆ, ਤਾਂ 111 ਦਿਨ ਇੱਥੇ ਫਰੀਦਕੋਟ ਚੌਂਕ 'ਚ ਖੜ੍ਹਦਿਆਂ ਨੂੰ ਵੀ ਮੁੰਡਿਆਂ ਨੂੰ ਹੋ ਗਿਆ। ਸੋ ਕਾਹਦੇ ਲਈ? ਸਿਰਫ ਬੇਅਦਬੀ ਵਾਰ-ਵਾਰ ਹੋ ਰਹੀ ਆ ਉਹਨੂੰ ਰੋਕਣ ਦੇ ਲਈ, ਅਤੇ ਬੇਅਦਬੀ ਕਰ ਰਹੇ ਲੋਕਾਂ ਦੇ ਉੱਤੇ ਜਿਹੜੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਸਖਤ ਕਾਨੂੰਨਾਂ ਤਹਿਤ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਸੁਖਰਾਜ, ਤੁਹਾਡਾ ਕੇਸ ਤਾਂ ਕੋਰਟ ਕਚਹਿਰੀ 'ਚ ਵੀ ਹਜੇ ਪੈਂਡਿੰਗ ਪਿਆ ਚੱਲ ਰਿਹਾ ਹੈਗਾ, ਅਤੇ ਕਿਸ ਤਰ੍ਹਾਂ ਦੀ ਤੁਸੀਂ ਇਨਸਾਫ? ਨਹੀਂ, ਸਾਡਾ ਕੇਸ ਜਿਹੜਾ ਕੋਰਟ ਕਚਹਿਰੀ 'ਚ ਉਹ ਤਾਂ ਹਜੇ ਪਿਆ, ਜਿਹੜਾ ਸਰਕਾਰਾਂ ਦੇ ਹੱਥ 'ਚ ਉਹ ਵੀ ਤਾਂ ਪੈਂਡਿੰਗ ਹੀ ਪਿਆ। ਸਰਕਾਰਾਂ ਦੇ ਹੱਥ 'ਚ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਕੋਰਟ 'ਚ ਸਬਮਿਟ ਕਰਨ ਦੀ ਹੁੰਦੀ ਆ, ਤਾਂ ਉਹ ਤਾਂ ਹਜੇ ਇਨਵੈਸਟੀਗੇਸ਼ਨ ਹੀ ਕੰਪਲੀਟ ਨਹੀਂ ਹੋਈ ਆ। ਸੋ ਕੋਰਟ 'ਚ ਕੇਸ ਤਾਂ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਚੱਲਣਾ ਹੈ। ਕੋਰਟ ਨੇ ਕਿਹਾ ਹੋਇਆ ਵੀ ਇਨਵੈਸਟੀਗੇਸ਼ਨ ਕੰਪਲੀਟ ਹੋਵੇ ਤਾਂ ਫਿਰ ਇਹ ਚੱਲੂਗਾ। ਇਸ ਮਾਮਲੇ ਦੇ ਵਿੱਚ ਜਦੋਂ ਸੁਖਰਾਣਾ ਦੇ ਸਮਲਾਇਆ ਗਿਆ ਸੀਗਾ ਗੋਲੀਕਾਂਡ ਦੇ ਚਲਾਉਣ ਤੋਂ ਬਾਅਦ, ਅਤੇ ਉਹਦੇ ਵਿੱਚ ਹੁਣ ਕੁਲਵੀਰ ਸਿੰਘ ਧਾਲੀਵਾਲ ਉੱਥੇ ਆਏ ਸੀ, ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਬੈਵਲ ਕਲਾਂ ਦਾ ਜਿਹੜਾ ਚਲਾਨ ਜਲਦੀ ਆ ਜਾਏਗਾ, ਪਰ ਹਾਲੇ ਤੱਕ ਇਹਦੇ ਵਿੱਚ ਕੋਈ ਅਪਡੇਟ ਨਹੀਂ ਲੱਗਦੀ। ਕੀ ਕਾਰਨ ਮੰਨਦੇ ਹੋ? ਦੇਖੋ, ਕਾਰਨ ਉਹੀ ਪਹਿਲਾਂ ਵਾਲੀ ਰਾਜਨੀਤੀ 'ਤੇ ਉਤਰੇ ਹੋਏ ਆ। ਸੱਤਾ ਦਾ ਨਸ਼ਾ ਹੀ ਇੰਨਾ ਹੋ ਗਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਰੋਕਣ ਦੇ ਲਈ ਜੇ ਕੋਈ ਐਫਰਟ ਕਰਨੇ ਪੈਂਦਾ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਜਾਣਾ ਪੈਂਦਾ। ਜਿਸ ਅੰਮ੍ਰਿਤ ਸੰਚਾਰ ਦੀ ਗੱਲ ਕਰੋਗੇ ਤਾਂ ਉਹਨਾਂ 'ਤੇ NSA ਲੱਗੂਗੀ, ਤਾਂ ਜਿਹੜਾ ਉੱਥੇ ਤੁਸੀਂ ਕਹਿੰਦੇ ਆ ਉਹ ਵਾਅਦਾ ਕੀਤਾ ਸੀ, ਉਹ ਵਾਅਦਾ ਫਿਰ ਕਿੱਡੀ ਕੁ ਚੀਜ਼ ਸੀ ਲੋਕਾਂ ਦੇ ਵਿੱਚ ਗੱਲ ਬੋਲ ਕੇ ਜਾਣ ਦਾ? ਜੇ ਸਰਕਾਰ ਬਣਨ ਤੋਂ ਪਹਿਲਾਂ ਅਸੀਂ 24 ਘੰਟੇ ਕਹਿ ਸਕਦੇ ਹਾਂ, ਸਾਡੇ ਲੋਕ ਉਹਨਾਂ ਨੂੰ ਐਪਰੀਸ਼ੀਏਸ਼ਨ ਦੇ ਸਕਦੇ ਆ, ਤਾਂ ਇਹ ਤਾਂ ਫਿਰ ਉੱਥੇ ਮਿਲਾਂ ਦਾ ਮਹੀਨਾ ਕਹਿ ਕੇ ਗਿਆ ਸੀ, ਹਫ਼ਤਾ ਕਹਿ ਕੇ ਗਏ, 10 ਦਿਨ ਕਹਿ ਗਏ ਸੀ। ਸੋ ਸਾਨੂੰ ਇਕੱਠੇ ਹੋਣ ਦੀ ਲੋੜ ਆ ਬੇਅਦਬੀਆਂ ਦੇ ਉੱਤੇ, ਨਸ਼ਿਆਂ ਦੇ ਉੱਤੇ, ਜਾਂ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਹੋ ਰਹੇ ਧੱਕੇ ਦੇ ਉੱਤੇ ਹਰ ਇੱਕ ਵਰਗ ਨੂੰ ਇਕੱਠੇ ਹੋਣ ਦੀ ਲੋੜ ਆ। ਮੈਂ ਸਮਝਦਾ ਕਿ ਤਾਂ ਜਾ ਕੇ ਸਰਕਾਰ ਆ ਜਿਹੜੀ ਉਹ ਸਹੀ ਥਾਂ 'ਤੇ ਚੱਲੂਗੀ, ਜੇ ਅਸੀਂ ਸਾਡਾ ਆਪਦਾ ਏਕਾ ਰੱਖਾਂਗੇ। ਅਸੀਂ ਪਾਰਟੀ ਬਾਈਆਂ ਤੋਂ ਉੱਪਰ ਉੱਠ ਕੇ ਇਕੱਠੇ ਹੋਈਏ, ਐਜ ਏ ਸਿੱਖ ਇਕੱਠੇ ਹੋਈਏ। ਆ ਕੀ ਹੋਇਆ, 4 ਦਿਨ ਪਹਿਲਾਂ ਸਾਦਕ ਦੇ ਵਿੱਚ ਨਸ਼ਾ ਬੰਦ ਕਰਾਉਣ ਵਾਲੇ ਨੌਜਵਾਨ ਦੀ ਕਮੇਟੀ ਵਾਲੇ ਦੀ ਇੱਕ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਹੋ ਜਾਂਦੀ ਆ, ਹੱਤਿਆ ਕਰ ਦਿੱਤੀ ਜਾਂਦੀ ਆ, ਅਤੇ ਸ਼ਰੇਆਮ ਨਸ਼ਾ ਵੇਚਣ ਵਾਲਿਆਂ ਦਾ ਇੰਨਾ ਹੌਂਸਲਾ ਵੱਧ ਰਿਹਾ, ਕਿਉਂ ਵੱਧ ਰਿਹਾ? ਜੇ ਸਿਸਟਮ ਦਾ ਜਾਂ ਸਟੇਟ ਦਾ ਹੱਥ ਆ ਤਾਂ ਫਿਰ ਹੀ ਵੱਧ ਰਿਹਾ। ਮਾਨਸੇ ਦੇ ਵਿੱਚ ਤਾਂ ਜੇ ਅੰਮ੍ਰਿਤਪਾਲ ਨੇ ਨਸ਼ੇ ਛਡਾਉਣ ਦੀ ਅੰਮ੍ਰਿਤ ਸੰਚਾਰ ਦੀ ਗੱਲ ਕੀਤੀ ਤਾਂ ਉਹਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ। ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ। ਪੰਜਾਬ ਦੇ ਲੋਕਾਂ ਕਿਸ ਤਰ੍ਹਾਂ ਦੀ ਸਜ਼ਾ ਤੁਸੀਂ ਮੰਗ ਰਹੇ? ਅਸੀਂ ਸਜ਼ਾ ਟਿਲ ਡੈਥ ਤੱਕ, ਜਿਵੇਂ ਸਰਦਾਰ ਜਸਕਰਨ ਸਿੰਘ ਹੋਣਾ ਨੇ ਦੱਸਿਆ। ਦੇਖੋ, ਸਾਡੇ ਗੁਰੂ ਨੂੰ ਜੀਵਤ ਗੁਰੂ ਦਾ ਦਰਜਾ ਮਿਲਿਆ, ਅਤੇ ਉਹਦੀ ਉਸ ਇਸ਼ਟ ਦੀ ਬੇਅਦਬੀ ਕਰਨ ਵਾਲੇ, ਪਹਿਲੀ ਗੱਲ ਤਾਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਸੋਚਣ ਦੀ ਲੋੜ ਆ ਕਿ ਜਦੋਂ ਤੁਹਾਨੂੰ ਸੱਤਾ ਹਾਸਲ ਨਹੀਂ ਹੋਈ ਹੁੰਦੀ ਤਾਂ ਤੁਸੀਂ ਹਰ ਇੱਕ ਗੁਰੂ ਘਰੇ ਜਾ ਕੇ, ਹਰ ਇੱਕ ਮਸਜਿਦ 'ਤੇ ਜਾ ਕੇ, ਹਰ ਇੱਕ ਮੰਦਰ 'ਚ ਜਾ ਕੇ ਨੱਕ ਰਗੜਦੇ ਹੋ। ਜਦੋਂ ਤੁਸੀਂ ਜਿੱਤ ਜਾਂਦੇ ਹੋ ਉਦੋਂ ਤੁਹਾਡਾ ਗਰੂਰ ਹੀ ਵੱਧ ਜਾਂਦਾ, ਉਹ ਤੁਹਾਡੀ ਕੁਰਸੀ ਰੱਬ ਬਣ ਜਾਂਦੀ ਆ। ਸੋ ਇਹ ਗਰੂਰ ਬਹੁਤਾ ਟਾਈਮ ਨਹੀਂ ਰਹਿੰਦੇ। ਰਾਜਨੀਤੀ 5 ਸਾਲ ਰਹਿਣੀ ਆ, ਸਰਕਾਰ 5 ਸਾਲਾਂ ਬਾਅਦ, 3 ਸਾਲਾਂ ਬਾਅਦ, 2.5 ਸਾਲਾਂ ਬਾਅਦ ਲੋਕ ਬਦਲ ਦਿੰਦੇ ਆ, ਲੋਕ ਵੱਡੇ ਹੁੰਦੇ ਆ। ਤਾਂ ਲੋਕਾਂ ਨੂੰ ਮੈਂ ਇਹ ਗੱਲ ਕਹੂੰਗਾ ਕਿ ਆਪਣਾ ਏਕਾ ਰੱਖੀਏ, ਸਰਕਾਰਾਂ ਦੀ ਜ਼ਰੂਰਤ ਨਹੀਂ ਆ ਕਿ ਤੁਹਾਡੇ ਨਾਲ ਧੱਕਾ ਕਰ ਸਕੇ।